بسم اللہ الرحمن الرحیم جی السلام علیکم ناظرین کے حال چال امید کرتا ہوں سب خیریت سے ہوں گے ٹھیک ٹھاک ہوں گے ناظرین میں آپ کا میزبان بنتی بےغور آپ دیکھ رہے ہیں میرا یوٹیوب چینل سونا پنجاب ود مترحمٰن آج میں اپنے دوستان واسطے گائے لے کے حاضر ہوں ماشاء اللہ گا میرے دوستان ویڈا چیک کرنی ہے پرنٹ بڑا سونا جے قد کا چنگا جے ماشاء اللہ ہر پاسو پوری سرو جنمن کو نہیں سوئی نو تقریباً 2 ਦਿਨ ਨਹੀਂ ਹੋਏ ਹਲੇ ਤੇ ਮਾਸ਼ਾਅੱਲਾ ਗਾਂ ਦਾ ਹਵਾਨਾ ਚੈੱਕ ਕਰਨਾ ਦੁੱਧ ਸ਼ੋਧੀਆਂ ਬਹੁਤ ਆਉਸਤਾਂ ਦੇ ਰਹੀ ਦੁੱਧ ਦੇ ਨਹਿਰਾਵਾਨ ਵਾਲੀ ਗਾਂ ਵਾਰਾ ਦੋਸਰਾ ਜੇ ਤੇ ਥਣ ਚੱਡਾ ਮੇਰੇ ਦੋਸਤਾਂ ਨੇ ਚੈੱਕ ਕਰਨਾ ਗਾਂ ਦੀ ਸਰਪ ਦੇਖਣਾ ਮਾਸ਼ਾਅੱਲਾ ਬੜੀ ਖੂਬਸੂਰਤ ਫਰੀਜ਼ੰਦਾ ਕਰਾਸ ਹੈ ਤੁਸੀਂ ਦੋਸਤਾਂ ਵੀ ਚੈੱਕ ਕਰਨੇ ਇਹਦਾ ਕਲਰ ਇਹਦਾ ਚੱਡਾ ਦੇਖਣਾ ਇਹਦਾ ਥਣ ਮੁੱਠ ਵਰਦਾ ਤੇ ਚਿੱਟਾ ਥਣ ਜੇ ਕਦ ਕਾਠ ਵਹਿੜ ਦਾ ਚੰਗਾ ਜੇ ਮਾਸ਼ਾਅੱਲਾ ਬਹੁਤ ਖੂਬਸੂਰਤ ਹੈ ਮੋਛਗੀ ਜੇ ਇਹ ਸ਼ੇਖ ਵਸੀਮ ਸਾਹਿਬ ਦੇ ਡੇਰੇ ਤੇ ਖੜੇ ਨੇ ਕੋਈ ਵੀਰ ਪਰ ਆਖਰੀ ਦਿਨਾਂ ਚਾਹੁੰਦਾ ਹੋਵੇ ਤੇ ਰਾਪਤਾ ਕਰ ਸਕਦਾ ਉਹਨਾਂ ਦਾ ਨੰਬਰ ਸਕਰੀਨ ਉੱਤੇ ਮੈਂਸ਼ਨ ਹੋਏਗਾ ਤੇ ਦੁੱਧ ਦੀ ਵੀ ਤੁਹਾਡੇ ਸਾਹਮਣੇ ਚਵਾਈ ਹੋ ਰਹੀ ਹੈ ਦੋਸਤਾਂ ਨੇ ਦੁੱਧ ਦੀ ਤਸੱਲੀ ਕਰਨੀ ਹੈ ਦੁੱਧ ਉਹਨਾਂ ਦੇ ਬਕੋਲ ਕੇ 26 27 ਲੀਟਰ ਦੁੱਧ ਦੀ ਔਸਤ ਕਰੇਗੀ ਇਨਸ਼ਾਅੱਲਾ ਲੇਕਿਨ ਹਾਜ਼ਰ ਨੇ ਜਿਹੜਾ ਦੁੱਧ ਹੈਗਾ ਜੀ ਉਹ ਕਹਿ ਰਹੇ 20 ਤੋਂ 22 ਲੀਟਰ ਦੀ ਚਵਾਈ ਕਰਕੇ ਮੁਕੰਮਲ ਤਸੱਲੀ ਕਰਾ ਕੇ ਕੋਈ ਵੀਰ ਪਰ ਆਖਰੀ ਲੈਵੇਗਾ ਤਾਂ ਉਹਨੂੰ ਤਸੱਲੀ ਕਰਾ ਕੇ ਦੇਵਾਂਗੇ यदा की रेट शेट है थले बची है बच्चा पर है कि मैं भरावाना मुकम्मल इन्फॉर्मेशन शेयर कराँगा तो दोस्तों गुजारिश है कि चैनल तो नवे ने तो चैनल सबसक्राइब करो नी बैलानी बटन प्रेस करो ताकि मेरी नवीं तो लेटैस वीडियो मेरे दोस्त भीर तक पहले पहुँचे तो वीडियो लाइक करो शेयर करो कमेंट्स माशाला जरूर लिखो जाद तो वीडियो ज़्यादा तो ज़्यादा शेयर करो माशाला गांव की कमी कोई नहीं गांव का कदका ठीक है माशाला बड़ी खूबसूरत रिजन ਫਾਰਮ ਵਾਲੀ ਗਾਂ ਜੇ ਕੋਈ ਵੀਰ ਪਰ ਆਖਰੀ ਦਿਨ ਚਾਹਵੇ ਤੇ شیخ ওয়াসিম ਸਾਹਿਬ ਨਾਲ رابطہ ਕਰ ਸਕਦਾ ਉਹਦਾ ਨੰਬਰ ਉੱਪਰ ਮੈਂਸ਼ਨ ਹੈ ਤੇ ਇਨਸ਼ਾਅੱਲਾ ਵਾਰ ਇਹ ਨਾ ਮਿਲ ਜੇ ਉਹ ਜਿਹੜੇ ਇਹਦੀ ਡਿਮਾਂਡ ਕਰ ਰਹੇ 4 ਲੱਖ ਹੈ ਲੇਕਿਨ ਕਮੀ ਪੇਸ਼ੀ ਹੋ ਜਾਏਗੀ ਮਾਲਕਾਂ ਜਿਹੜਾ ਡਿਮਾਂਡ ਕਰਦੇ ਨੇ ਉਹ ਉਹਨਾਂ ਦੀ ਚੀਜ਼ ਹੈ ਉਹ ਕਰਦੇ ਨੇ ਲੇਕਿਨ ਜੋ ਤੁਹਾਡੀ ਸਮਝ ਆਏਗੀ ਤੁਸੀਂ ਆਪਣੇ ਸਮਝ ਲਗਾ ਕੇ ਇਹ ਲੈਣਾ ਤੇ ਇਨਸ਼ਾਅੱਲਾ ਤੁਹਾਨੂੰ ਮਿਲ ਜਾਏਗਾ ਯਾਦ ਕਰੋ ਕਿ ਗਾਂ ਦਾ ਇਹ ਦੇਖ ਸਕਦੇ ਹੋ ਦੂਸਰੀ ਬਾਲਟੀ ਜੋਈ ਦੇ ਲਾਤ ਲਾਤੀ ਦੇ ਦੇਖ ਸਕਦੇ ਹੋ ਤੁਸੀਂ ਮਾਸ਼ਾਅੱਲਾ ਗਾਂ ਦਾ ਕੱਦ-ਕਾਠ ਠੀਕ ਹੈ ਤੇ ਦੁੱਧ ਅੱਲਾਹ ਪਾਗ ਦੇ ਹੁਕਮ ਨਾਲ ਜਿਸ ਤਰ੍ਹਾਂ ਗਾਂ ਦਾ ਕੱਦ-ਕਾਠ ਹੈ ਨਸਲ ਹੈ ਤੇ ਚੜ੍ਹ ਹੈ ਇਹ ਤੀ ਨੂੰ ਕਰਾਸ ਕਰੇ ਸੇਵਾ ਨਾਲ ਮੇਵਾ ਮਾਸ਼ਾਅੱਲਾ ਗਾਂ ਦਾ ਕੱਦ-ਕਾਠ ਠੀਕ ਹੈ ਚੜ੍ਹ ਚੰਗਾ ਮਗਰ ਬੱਛੀ ਦੇ ਦੇਖ ਸਕਦੇ ਹੋ ਬੱਛੀ ਵੀ ਮਾਸ਼ਾਅੱਲਾ ਕਿੰਨੀ ਖੂਬਸੂਰਤ ਜਰਸੀ ਫ੍ਰੀਜ਼ਰ ਦਾ ਕਰਾਸ ਹੈ ਬੱਛੀ ਵੀ ਮੇਰੇ ਦੋਸਤਾਂ ਵੀਰਾਂ ਚੈੱਕ ਕਰਨੀ ਹੈ ਦੋ ਦਿਨ ਦੀ ਵੱਛੀ ਜੇ ਦੇਖਣਾ ਹੈ ਮਾਸ਼ਾਅੱਲਾ ਕਿੰਨੀ ਖੂਬਸੂਰਤ ਕਾਦਸ਼ਾ ਚੰਗਾ ਜਾਨ ਜਨ ਵੱਛੀ ਦੀ ਚੰਗੀ ਤੇ ਕੋਈ ਵੀਰ ਭਰਾ ਖਰੀਦਣਾ ਚਾਹੁੰਦਾ ਹੋਵੇ ਤੇ ਸ਼ੇਖ ਸਾਹਿਬ ਨਾਲ ਰਾਬਤਾ ਕਰ ਸਕਦਾ ਹੈ ਦੋਸਤੋ ਇਸ ਤੋਂ ਇਲਾਵਾ ਅਗਰ ਤੁਸੀਂ ਮੱਝਾਂ ਖਰੀਦਣਾ ਚਾਹੁੰਦੇ ਹੋ ਤੇ ਮੇਰੇ ਨਾਲ ਰਾਬਤਾ ਕਰ ਸਕਦੇ ਹੋ ਮੇਰਾ ਜ਼ਿਲ੍ਹਾ ਖਾਨੇ ਵਾਲਾ ਤਹਿਸੀਲ ਮੀਆਂ ਚੰਨੂ ਹੈ ਮੇਰੇ ਨਾਲ ਰਾਬਤਾ ਕਰ ਸਕਦੇ ਹੋ ਤੇ ਇਨਸ਼ਾਅੱਲਾ ਜਿਸ ਤਰ੍ਹਾਂ ਦਾ ਤੁਸੀਂ ਜਾਨਵਰ ਚਾਹੋਗੇ ਤੁਹਾਨੂੰ ਪ੍ਰੋਵਾਈਡ ਕਰਾਂਗੇ ਜਾਨਵਰਾਂ ਦੇ ਰੇਟ ਬੜੇ ਮਨਾਸਬ ਨੇ ਦੋਸਤੋ ਅਗਰ ਗਾਮ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਬਾਕੀ ਮੈਂ ਤੁਹਾਨੂੰ ਅਗ੍ਹੀ ਵੀ ਗੱਲ ਕੀਤੀ ਕਿ ਜਿਹੜੀ ਡਿਮਾਂਡ ਮਾਲਕ ਕਰਦੇ ਹੁੰਦੇ ਜ਼ਰੂਰੀ ਨਹੀਂ ਕਿ ਪੱਕੀ ਹੁੰਦੀ ਆ ਲੇਕਿਨ ਕੁਝ ਦੂਸਰੀ ਆਪਣਾ ਅੰਦਾਜ਼ਾ ਸਮਝ ਲੈ ਮੁੱਲ ਲਗਾਓਗੇ ਤੇ ਕੁਝ ਮਾਲਜ niche ਆਏਗਾ ਰੇਟ ਤੋਂ ਆਸ ਆਸਾ ਬੰਦੇ ਦੀ ਡੀਲ ਹੋ ਜਾਂਦੀ ਜੀ